ਦਿੱਲੀ ਬਾਰਡਰਾਂ ਤੇ ਕਿਸਾਨ ਜਾ ਰਹੇ ਸੀ ਉਸੇ ਤਰ੍ਹਾਂ ਸੰਗਰੂਰ ਦੇ ਵਿੱਚ ਐਂਟਰ ਹੋ ਰਹੇ ਨੇ। ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਲੱਖਾ ਸਿਧਾਣਾ ਸੰਗਰੂਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਨਜ਼ਦੀਕ ਪਹੁੰਚ ਚੁੱਕਿਆ, ਯਾਨੀ ਕਿ ਕੁਝ ਕਿਲੋਮੀਟਰ ਦੀ ਦੂਰੀ ਤਾਂ ਹੈ, ਪਰ ਉੱਥੇ ਸਾਰਿਆਂ ਨੂੰ ਲਾਈਵ ਹੋ ਕੇ ਇਹ ਵੀ ਕਹਿ ਦਿੱਤਾ ਕਿ ਇੱਥੇ ਪਹੁੰਚਿਆ ਜਾਵੇ। ਦਿੱਲੀ ਦੀ ਤਸਵੀਰ ਆ, ਜਿਵੇਂ ਦਿੱਲੀ ਗਏ ਸੀ ਨੌਜਵਾਨ ਕਿਸਾਨ ਉੱਥੇ ਪਹੁੰਚੇ ਸੀ। ਕੇਸਰੀ ਝੰਡੇ ਦੇਖੋ ਕਿ ਕੇਸਰੀ ਝੰਡੇ ਲਾਏ ਹੋਏ ਨੇ। ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ, ਮੈਂ ਅਮਨਦੀਪ ਸਿੰਘ ਮਾਝਾ ਸੰਗਰੂਰ 'ਚ ਮੌਜੂਦ ਹਾਂ। ਸੰਗਰੂਰ 'ਚ ਵੱਡੀ ਗਿਣਤੀ 'ਚ ਕਿਸਾਨ ਆਗੂ ਭਾਨਾ ਸਿੱਧੂ ਦੇ ਹਿਮਾਇਤ 'ਚ ਜਿਹੜਾ ਪ੍ਰੋਟੈਸਟ ਪ੍ਰਦਰਸ਼ਨ ਕਰਨਾ ਸੀ ਉਸ ਦੇ ਵਿੱਚ ਪਹੁੰਚ ਰਹੇ ਨੇ। ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕੇ, ਤਸਵੀਰਾਂ ਦੇਖੋ ਜਿਹੜੇ ਟਰੈਕਟਰ ਟਰਾਲੀਆਂ ਲੈ ਕੇ ਜਿਵੇਂ ਦਿੱਲੀ ਬਾਰਡਰਾਂ ਤੇ ਕਿਸਾਨ ਜਾ ਰਹੇ ਸੀ ਉਸੇ ਤਰ੍ਹਾਂ ਸੰਗਰੂਰ ਦੇ ਵਿੱਚ ਐਂਟਰ ਹੋ ਰਹੇ ਨੇ। ਬਰਨਾਲੇ ਸਾਈਡ ਦੇ ਕਿਸਾਨ ਨੇ ਇਹ, ਜਿਨ੍ਹਾਂ ਨੂੰ ਪਹਿਲਾਂ ਬਾਰਡਰ ਟੋਲ ਪਲਾਜ਼ਾ ਤੇ ਰੋਕਿਆ ਗਿਆ, ਉਸ ਤੋਂ ਬਾਅਦ ਸ਼੍ਰੀ ਮਸਤੂਆਣਾ ਸਾਹਿਬ ਵਿਖੇ ਰੋਕਿਆ ਗਿਆ, ਤੇ ਉਸ ਤੋਂ ਬਾਅਦ ਲਗਾਤਾਰ ਜਦੋਂ ਪੁਲਿਸ ਪ੍ਰਸ਼ਾਸਨ ਦੇ ਕਿਤੇ ਨਾ ਕਿਤੇ ਹੱਥ ਖੜੇ ਹੋ ਗਏ, ਗਿਣਤੀ ਵੱਧ ਗਈ ਬਹੁਤ ਨੌਜਵਾਨਾਂ ਦੀ ਕਿਸਾਨਾਂ ਦੀ, ਤਾਂ ਉਹ ਅੱਗੇ ਵਧਣੇ ਲੱਗੇ। ਤੇ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਲੱਖਾ ਸਿਧਾਣਾ ਸੰਗਰੂਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਨਜ਼ਦੀਕ ਪਹੁੰਚ ਚੁੱਕਿਆ, ਯਾਨੀ ਕਿ ਕੁਝ ਕਿਲੋਮੀਟਰ ਦੀ ਦੂਰੀ ਤਾਂ ਹੈ, ਪਰ ਉੱਥੇ ਸਾਰਿਆਂ ਨੂੰ ਲਾਈਵ ਹੋ ਕੇ ਇਹ ਵੀ ਕਹਿ ਦਿੱਤਾ ਕਿ ਇੱਥੇ ਪਹੁੰਚਿਆ ਜਾਵੇ। ਸੋ ਲਗਾਤਾਰ ਜਿਹੜੇ ਨੌਜਵਾਨ ਨੇ ਇਹ ਲੱਖਾ ਸਿਧਾਣਾ ਦੇ ਕਾਫਲੇ 'ਚ ਪਹੁੰਚ ਰਹੇ ਨੇ, ਯਾਨੀ ਕਿ ਬਾਈਪਾਸ ਆ ਜਿਹੜਾ ਇੱਕ ਬੇਰਕਾ ਮਿਲਕ ਪਲਾਂਟ ਵਾਲੀ ਸੜਕ ਆ, ਲਿੰਕ ਰੋਡ ਆ, ਉਸ ਦੇ ਸਾਹਮਣੇ ਕਿਤੇ ਨਾ ਕਿਤੇ ਜਿਹੜਾ ਬਾਈਪਾਸ ਆ ਉੱਥੇ ਬੰਦੇ ਵੱਡੀ ਗਿਣਤੀ 'ਚ ਇਕੱਠੇ ਹੋਏ ਨੇ, ਲੋਕ ਇਕੱਠੇ ਹੋਏ ਨੇ, ਨੌਜਵਾਨ ਇਕੱਠੇ ਹੋਏ ਨੇ। ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਿ ਵੱਡੀ ਗਿਣਤੀ 'ਚ ਉਸ ਕਾਫਲੇ 'ਚ ਉਸ ਇਕੱਠ 'ਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਵੱਲ ਜਿਹੜੇ ਨੌਜਵਾਨ ਨੇ ਉਹ ਲਗਾਤਾਰ ਉੱਥੇ ਵੱਧ ਰਹੇ ਨੇ, ਅਤੇ ਵੱਡਾ ਇਕੱਠ ਉੱਥੇ ਕਰ ਦਿੱਤਾ ਹੈ। ਪੁਲਿਸ ਪ੍ਰਸ਼ਾਸਨ ਨੇ ਸੰਗਰੂਰ ਨੂੰ ਚਾਰੇ ਪਾਸੋਂ ਸੀਲ ਕੀਤਾ ਕਿ ਕਿਸੇ ਨੂੰ ਪ੍ਰਦਰਸ਼ਨ 'ਚ ਧਰਨੇ 'ਚ ਆਉਣ ਨਹੀਂ ਦਿੱਤਾ ਜਾਵੇਗਾ, ਪਰ ਉਸ ਤੋਂ ਬਾਅਦ ਜਿਹੜੇ ਨੌਜਵਾਨ ਨੇ ਉਹ ਪ੍ਰੋਟੈਸਟ ਪ੍ਰਦਰਸ਼ਨ 'ਚ ਪਹੁੰਚ ਚੁੱਕੇ ਨੇ, ਵੱਡੀ ਗਿਣਤੀ 'ਚ ਪਹੁੰਚੇ ਨੇ। ਲੱਖਾ ਸਿਧਾਣਾ ਉੱਥੇ ਪਹੁੰਚਿਆ ਅਤੇ ਅਗਵਾਈ ਕਰ ਰਿਹਾ, ਅਤੇ ਇਹ ਵੀ ਦੱਸਿਆ ਜਾ ਰਿਹਾ ਕਿ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਚੱਲ ਰਹੀ ਆ। ਹੁਣ ਮੀਟਿੰਗ ਦੇ ਵਿੱਚ ਕੀ ਹੋਣਾ, ਕਿਹੜੀਆਂ ਗੱਲਾਂ ਰੱਖੀਆਂ ਜਾਣੀਆਂ ਨੇ, ਕਿਹੜੀਆਂ ਸ਼ਰਤਾਂ ਰੱਖੀਆਂ ਜਾਣੀਆਂ ਨੇ ਤਾਂ ਕਿ ਧਰਨਾ ਪ੍ਰਦਰਸ਼ਨ ਉਸ ਤੋਂ ਬਾਅਦ ਖਤਮ ਕੀਤਾ ਜਾ ਸਕੇ, ਜਾਂ ਖਤਮ ਹੋਵੇਗਾ ਵੀ ਜਾਂ ਖਤਮ ਨਹੀਂ ਹੋਵੇਗਾ। ਸੋ ਲਗਾਤਾਰ ਤਸਵੀਰਾਂ ਦੇਖੋ ਕਿ ਗੱਡੀਆਂ ਭਰ ਭਰ ਕੇ, ਟਰਾਲੀਆਂ ਭਰ ਭਰ ਕੇ ਉਸ ਧਰਨੇ ਪ੍ਰਦਰਸ਼ਨ 'ਚ ਪਹੁੰਚ ਰਹੀਆਂ ਨੇ। ਸੋ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੰਗਰੂਰ ਦੀਆਂ। ਸੰਗਰੂਰ ਦੇ ਵਿੱਚ ਕਾਫਲਾ, ਵੱਡਾ ਕਾਫਲਾ ਐਂਟਰ ਹੋ ਰਿਹਾ। ਨੌਜਵਾਨ ਨੇ ਕੋਟ ਦੁੰਨੇ ਤੋਂ ਭਾਨੇ ਸਿੱਧੂ ਦਾ ਪਿੰਡਾ ਬਰਨਾਲਾ ਸਾਈਡ, ਉੱਗੋ ਕੋਈ ਸਾਈਡ, ਉੱਧਰੋਂ ਜਿਹੜੇ ਨੌਜਵਾਨ ਨੇ ਉਹ ਲਗਾਤਾਰ ਪਹੁੰਚ ਰਹੇ ਨੇ। ਟਰਾਲੀਆਂ ਦੇਖੋ ਵੀ ਕੇਸਰੀ ਝੰਡੇ ਲਾ ਕੇ ਇੱਧਰ ਪਹੁੰਚ ਰਹੇ। ਬਾਈ ਜੀ ਵੀ ਮੌਜੂਦ ਨੇ। ਬਾਈ ਜੀ ਕੀ ਨਾਮ ਆ? ਮੇਰਾ ਨਾਮ ਗੁਰਜਿੰਦਰਪਾਲ। ਅੱਛਾ, ਕਿੱਥੋਂ ਗੁਰਜਿੰਦਰ? ਮੈਂ ਰਟੋਲਾਂ ਤੋਂ ਵੀਰੇ। ਠੀਕ ਹੈ, ਕਿੰਨਾ ਕੁ ਕਾਫਲਾ ਹੁਣ ਪਹੁੰਚ ਗਏ ਇੱਥੇ? ਕਿੰਨੇ ਕੁ? ਬਹੁਤ ਵੱਡਾ ਇਕੱਠ ਹੈ ਵੀਰੇ ਜੀ। ਬਾਕੀ ਹੌਲੀ ਹੌਲੀ ਉੱਧਰੋਂ ਵੀ ਆ ਰਹੇ ਨੇ, ਆਪਣਾ ਮਹਿਲਾਂ ਤੋਂ ਵੀ ਆ ਰਹੇ ਨੇ ਲੋਕ, ਤੇ ਇੱਧਰੋਂ ਵੀ ਬਹੁਤ ਵੱਡਾ ਕਾਫਲਾ ਤੁਹਾਡੇ ਸਾਹਮਣੇ ਹੀ ਹੈ। ਬਾਕੀ ਪਿੱਛੇ ਬਹੁਤ ਵੱਡਾ ਕਾਫਲਾ ਹੈ, ਪਿੱਛੇ ਬਹਾਦਰਪੁਰ ਤੋਂ ਬੈਰੀਗੇਡਿੰਗ ਤੋੜ ਕੇ ਕਿਸਾਨ ਤੇ ਨੌਜਵਾਨ ਮੁੰਡੇ ਅੱਗੇ ਲੰਘ ਚੁੱਕੇ ਨੇ। ਬਿਲਕੁਲ, ਇਹ ਜਿਹੜਾ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕਰਤਾ ਪੂਰਾ? ਹਾਂਜੀ ਹਾਂਜੀ, ਅੱਗੇ ਵੀਰੇ ਫੁੱਲ ਇਕੱਠ ਹੈ ਅੱਗੇ।
ਅੱਗੇ ਫੁੱਲ ਰਸ਼ ਹੈ ਤੇ ਪਿੱਛੋਂ ਹੁਣ ਆਹ ਦੇਖੋ ਬੈਰੀਕੇਡਿੰਗ ਤੋੜ ਕੇ ਅੱਗੇ ਕਾਫਲੇ ਲੰਘਦੇ ਜਾ ਰਹੇ ਨੇ। ਠੀਕ ਹੈ, ਪਹਿਲਾਂ ਤਾਂ ਸੰਗਰੂਰ ਪੂਰਾ ਸੀਲ ਕੀਤਾ ਸੀ, ਪੁਲਿਸ ਨੇ ਚਾਰੇ ਪਾਸੇ ਤੋਂ ਵੀ ਅੰਦਰ ਐਂਟਰੀ ਨਹੀਂ ਹੋਣ ਦਿੱਤੀ। ਐਂਟਰੀ ਹੋ ਗਈ ਫਿਰ ਉਸ ਤੋਂ ਬਾਅਦ ਐਂਟਰੀ ਪਹਿਲਾਂ 200-300 ਨੌਜਵਾਨ ਅੱਗੇ ਹੈਗੇ ਵੀਰੇ ਤੇ ਬਾਕੀ ਆਹ ਹੁਣ ਨਾਲ ਦੀ ਨਾਲ ਅੱਗੇ ਜਦੋਂ ਵੱਡੇ ਕਾਫਲੇ ਹੋ ਗਏ ਤੇ ਨਾਲ ਦੀ ਨਾਲ ਸਾਰੇ ਫਿਰ ਅੱਗੇ ਅੰਦਰ ਕੂਚ ਕਰਨਗੇ। ਇਹ ਵੀ ਸੁਣਿਆ ਜਾ ਰਿਹਾ ਕਿ ਲੱਖਾ ਸਦਾਣਾ ਉੱਥੇ ਬੇਰਕਾ ਮਿਲਕ ਪਲਾਂਟ ਵਾਲੀ ਸੜਕ ਆ ਉੱਥੇ ਪਹੁੰਚ ਚੁੱਕੇ ਨੇ, ਉੱਥੇ ਪਹੁੰਚ ਚੁੱਕੇ ਨੇ ਵੀਰੇ, ਉਹ ਵੀ ਪਹੁੰਚ ਚੁੱਕੇ ਨੇ ਅੱਗੇ। ਅੱਛਾ, ਬਾਕੀ ਬਾਈ ਜੀ ਰਸਤਾ ਦੱਸ ਰਹੇ? ਹਾਂਜੀ ਹਾਂਜੀ ਬਾਈ, ਠੀਕ ਹੈ। ਕਿੰਨੇ ਕੁ ਤੁਹਾਨੂੰ ਗਿਣਤੀ ਕਿੰਨੀ ਕੁ ਲੱਗਦੀ ਹੈ, ਕਿੰਨੇ ਕੁ ਨੌਜਵਾਨ ਪਹੁੰਚੇ ਨੇ ਇੱਥੇ? ਇਹਦਾ ਕੋਈ ਪਤਾ ਨਹੀਂ ਹੈਗਾ ਬਾਈ, ਅਣਗਿਣਤ ਆ ਦੇਖ ਲਓ ਕਿੱਡੇ ਵੱਡੇ ਕਾਫਲੇ ਆ ਰਹੇ ਨੇ ਬਾਈ ਪਿੱਛੇ। ਠੀਕ ਹੈ, ਹਾਂਜੀ ਬਾਈ, ਕੀ ਲੱਗਦਾ ਕਿੱਧਰ ਨੂੰ ਜਾ ਰਿਹਾ ਸਿਸਟਮ, ਮਤਲਬ ਕੀ ਲੱਗਦਾ ਤੁਹਾਨੂੰ? ਇਹ ਕੋ ਮੁੱਖ ਮੰਤਰੀ ਕੋਠੀ ਦਾ ਘਿਰਾਓ ਕਰਨਾ ਬਾਈ ਜੀ ਉੱਧਰ। ਠੀਕ ਹੈ, ਹਾਂਜੀ, ਜਾਨੀ ਕਿ ਹੌਲੀ ਹੌਲੀ ਮੁੱਖ ਮੰਤਰੀ ਕੋਠੀ ਦੇ ਨੇੜੇ ਜਾ ਰਹੇ ਹੋ? ਹਾਂ ਹਾਂ ਬਾਈ, ਹਾਂ ਹਾਂ। ਇਹਦਾ ਹੱਲ ਕੀ ਨਿਕਲਣਾ ਜੇ ਰਿਜ਼ਲਟ ਦੀ ਗੱਲ ਕਰੀਏ? ਇਹਦਾ ਹਾਲੇ ਤਾਂ ਕੁਝ ਨਹੀਂ ਆ, ਵੀ ਉਹਨੂੰ ਜੇਲ੍ਹ 'ਚੋਂ ਰਿਹਾ ਹੋਣਾ ਚਾਹੀਦਾ ਬਾਈ ਜੀ। ਠੀਕ ਹੈ, ਹਾਂਜੀ। ਅੱਛਾ, ਜਾਨੀ ਕਿ ਤੁਹਾਨੂੰ ਲੱਗਦਾ ਵੀ ਸਰਕਾਰ ਨੇ ਸੋਚਿਆ ਹੋਣਾ ਵੀ ਇੰਨਾ ਵੱਡਾ ਕਾਫਲਾ ਐਂਟਰ ਹੋ ਜਾਊਗਾ ਸੰਗਰੂਰ 'ਚ? ਨਾ ਜੀ, ਉਹਨਾਂ ਨੇ ਪੂਰੀ ਪਾਬੰਦੀ ਲਾਈ ਹੋਈ ਸੀ ਵੀ ਕੋਈ ਵੀ ਐਂਟਰ ਨਾ ਹੋ ਸਕੇ ਜੀ, ਪਰ ਲੋਕਾਂ ਦਾ ਦੇਖੋ ਜੀ ਜਨੂੰਨ ਕਿੱਡਾ ਵੱਡਾ ਕਾਫਲਾ ਮਾਦਰ ਜੀ ਆ ਰਿਹਾ ਜੀ। ਇਹ 'ਚ ਅਸੀਂ ਦੇਖ ਰਹੇ ਹਾਂ ਵੀ ਯੂਨੀਅਨਾਂ ਦੇ ਆਗੂ ਵੀ ਪਹੁੰਚ ਰਹੇ ਨੇ, ਜਿਵੇਂ ਝੰਡੇ ਲੱਗੇ ਹੋਏ ਨੇ ਗੱਡੀਆਂ 'ਚ ਵੱਖੋ ਵੱਖਰੇ। ਹਾਂਜੀ ਹਾਂਜੀ, ਠੀਕ ਹੈ। ਅੱਛਾ, ਅਤੇ ਜੋਸ਼ਪੁਰ ਆ ਜਿਵੇਂ, ਉਹ ਤਾਂ ਦਿੱਲੀ ਵਾਲੀ ਤਸਵੀਰ ਦਿਖਾ ਦੀ ਜਿਵੇਂ ਬੈਰੀਕੇਡਿੰਗ ਉੱਥੇ ਤੋੜੀ ਆ ਕਿਤੇ ਸਾਈਡ 'ਤੇ ਕੀਤੀ ਆ? ਹਾਂ ਜੀ, ਪਿੱਛੋਂ ਬਹੁਤ ਤੋੜ ਕੇ ਆਏ ਨੇ ਨਾਕੇ ਜੀ, ਮਹਿਲਾਂ ਵਾਲੇ ਪੁਲ ਤੋਂ ਵੀ, ਇੱਧਰੋਂ ਸਾਰੇ ਕਿਤੇ ਨਾਕਾ ਤੋੜ ਕੇ ਆ ਰਹੇ ਨੇ ਮਗਰੋਂ ਜੀ। ਠੀਕ ਹੈ, ਹਾਂ ਜੀ, ਬੜਬਰ ਵਾਲੇ ਉਹ ਤੋਂ ਹੀ ਟੋਲ ਪਲਾਜ਼ੇ ਤੋਂ। ਬਿਲਕੁਲ ਜੀ, ਸੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਸੰਗਰੂਰ ਦੇ ਕੋਨੇ ਕੋਨੇ 'ਚੋਂ, ਸੰਗਰੂਰ ਦੇ ਕਈ ਪਾਸਿਆਂ ਤੋਂ ਜਿੱਧਰ ਬੈਰੀਕੇਡਿੰਗ ਪੁਲਿਸ ਨੇ ਕੀਤੀ ਕਿ ਇੱਥੇ ਨਹੀਂ ਪਹੁੰਚਣ ਦੇਵਾਂਗੇ, ਨੌਜਵਾਨਾਂ ਨੂੰ ਧਰਨਾ ਪ੍ਰਦਰਸ਼ਨ ਨਹੀਂ ਕਰਨ ਦੇਵਾਂਗੇ, ਪਰ ਧਰਨਾ ਪ੍ਰਦਰਸ਼ਨ ਇੱਥੇ ਸ਼ੁਰੂ ਹੋ ਚੁੱਕਿਆ ਕਿਉਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਕੋਲ ਵੱਡੀ ਗਿਣਤੀ 'ਚ ਭਾਰਤੀ ਕਿਸਾਨ ਯੂਨੀਅਨਾਂ ਦੇ ਆਗੂ ਨੌਜਵਾਨ ਦਿੱਲੀ ਦੀ ਤਸਵੀਰ ਆ, ਜਿਵੇਂ ਦਿੱਲੀ ਗਏ ਸੀ ਨੌਜਵਾਨ ਕਿਸਾਨ ਉੱਥੇ ਪਹੁੰਚੇ ਸੀ। ਕੇਸਰੀ ਝੰਡੇ ਦੇਖੋ ਕਿ ਕੇਸਰੀ ਝੰਡੇ ਲਾਏ ਹੋਏ ਨੇ, ਕਿਉਂ ਪਿੱਛੇ ਬਾਰਡਰ ਟੋਲ ਪਲਾਜ਼ਾ 'ਤੇ ਰੋਕੇ ਗਏ, ਦੋ ਤਿੰਨ ਜਗ੍ਹਾ ਰੋਕੇ ਗਏ ਅਤੇ ਰੋਕਣ ਤੋਂ ਬਾਅਦ ਲਗਾਤਾਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਸੋ ਭਾਰਤੀ ਕਿਸਾਨ ਯੂਨੀਅਨਾਂ ਦੇ ਵੀ ਆਗੂ ਨੇ ਜਿਹੜੇ ਉਹ ਪਹੁੰਚ ਰਹੇ ਨੇ, ਟਰਾਲੀਆਂ ਵੱਡੀ ਗਿਣਤੀ 'ਚ ਲੈ ਕੇ ਸੰਗਰੂਰ 'ਚ ਐਂਟਰ ਹੋ ਚੁੱਕੇ ਨੇ ਕਿਉਂਕਿ ਸਰਕਾਰ ਨੇ, ਪੁਲਿਸ ਪ੍ਰਸ਼ਾਸਨ ਨੇ ਬਹੁਤ ਜ਼ੋਰ ਲਾਇਆ ਕਿ ਬਾਹਰ ਰੱਖਾਂਗੇ ਜਿੱਥੇ ਵੀ ਐਂਟਰੀ ਕਰਨਗੇ ਉਹਨਾਂ ਨੂੰ ਐਂਟਰੀ ਨਹੀਂ ਕਰਨ ਦੇਵਾਂਗੇ, ਪਰ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਅਸਫਲ ਹੋਈ ਆ, ਐਂਟਰੀ ਹੋਈ ਆ ਸੰਗਰੂਰ 'ਚ। ਸੀਐਮ ਭਗਵੰਤ ਮਾਨ ਦੀ ਕੋਠੀ ਦੇ ਨਜ਼ਦੀਕ ਵੱਡੇ ਕਾਫਲੇ ਟਰਾਲੀਆਂ ਟਰੈਕਟਰ ਲੈ ਕੇ ਆ ਚੁੱਕੇ ਨੇ ਅਤੇ ਲੱਖਾ ਸਿਧਾਣਾ ਇਹਨਾਂ ਕਾਫਲਿਆਂ ਦੀ ਅਗਵਾਈ ਕਰ ਰਹੇ ਨੇ। ਪਹਿਲਾਂ ਲੱਖਾ ਸਿਧਾਣਾ ਵੀ ਪਹੁੰਚ ਚੁੱਕੇ ਨੇ, ਉਹਨਾਂ ਨੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਹੈ ਅਤੇ ਹੁਣ ਕਾਫਲੇ ਉਸ ਤੋਂ ਬਾਅਦ ਕੀ ਕਰਨਾ, ਕੀ ਸਿਸਟਮ, ਕੀ ਪਲੈਨ ਗਾ ਉਹ ਆਉਣ ਵਾਲਾ ਸਮਾਂ ਦੱਸੇਗਾ। ਸੋ ਲਗਾਤਾਰ ਤਸਵੀਰਾਂ ਨੇ ਜਿਹੜੀਆਂ ਉਹ ਨੌਜਵਾਨਾਂ ਦਾ ਜਿਹੜਾ ਹਜੂਮ ਆ ਲਗਾਤਾਰ ਐਂਟਰੀ ਕਰ ਰਿਹਾ, ਲਗਾਤਾਰ ਪਹੁੰਚ ਰਹੇ ਨੇ। ਸੋ ਬਾਈ ਜੀ ਉਰੀ ਮੌਜੂਦ ਨੇ। ਹਾਂਜੀ ਵੀਰ ਜੀ, ਕਿੱਥੋਂ ਜੀ? ਪੱਤੋ ਹੀਰਾ ਸਿੰਘ ਤੋਂ ਜੀ। ਅੱਛਾ ਜੀ, ਕਿੰਨੀ ਜਗ੍ਹਾ ਰੋਕੇ ਗਏ? ਦੋ ਜਗ੍ਹਾ 'ਤੇ ਰੋਕੇ। ਅੱਛਾ, ਕਿੱਥੇ ਕਿੱਥੇ? ਇੱਕ ਬਟਰੁੱਖਾਂ, ਠੀਕ ਹੈ, ਬਿਲਕੁਲ ਜੀ। ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਨੌਜਵਾਨਾਂ ਦੇ, ਕਿਸਾਨ ਯੂਨੀਅਨ ਆਗੂਆਂ ਦੇ ਜੋ ਸੰਗਰੂਰ 'ਚ ਐਂਟਰ ਹੋ ਚੁੱਕੇ ਨੇ। ਹੁਣ ਦੇਖਣਾ ਹੋਵੇਗਾ ਕਿ ਇੱਥੇ ਪ੍ਰਦਰਸ਼ਨ ਪੱਕੇ ਤੌਰ 'ਤੇ ਚੱਲੇਗਾ ਜਾਂ ਕੋਈ ਮੀਟਿੰਗ ਹੋ ਕੇ ਉਸ ਤੋਂ ਬਾਅਦ ਇਹ ਧਰਨਾ ਖਤਮ ਕੀਤਾ ਜਾਵੇਗਾ।